ਆਲੜਾ ਨਾ ਵੀ ਹੋਵੇ ਇਹ ਵੀ ਬਾਲ ਸਕਦੇ ਹੋ। ਮਾਸ਼ਾਅੱਲਾ ਪਹਿਲਾਂ ਅਸੀਂ ਦੋ ਕਰਾਂ। ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਮੇਰੀਆਂ ਭੈਣਾਂ ਨੂੰ ਔਰ ਬਾਈਆਂ ਨੂੰ ਡੇਢ ਡੇਢ ਸਾਡੇ ਤਰਫੋਂ ਸਲਾਮ ਹੋਵੇ। ਚੱਲ ਹੱਸਦੇ ਰਹੋ, ਚੱਲ ਵੱਸਦੇ ਰਹੋ, ਫੁੱਲਾਂ ਤਰ੍ਹਾਂ ਖਿਲਦੇ ਰਹੋ, ਖੁਸ਼ਬੋ ਤਰ੍ਹਾਂ ਮਹਿਕਦੇ ਰਹੋ, ਜਾਮੀ ਰਹੋ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਇਸ ਹਰੇਕ ਦੁਆ ਦੇ ਨਾਲ ਅੱਜ ਦਾ ਵਲੌਗ ਸ਼ੁਰੂ ਕਰਨਾ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਵਲੌਗ ਸ਼ੁਰੂ ਕਰਨ ਲੱਗੇ ਹਾਂ। ਅੱਜ ਦੀ ਸ਼ਾਮ ਦੀ ਰੈਸਪੀ ਕੱਦੂ ਦੀ ਬਣਾਉਣ ਲੱਗਿਆ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਸ਼ੁਰੂ ਕੀਤੀ। ਅਸੀਂ ਲੈ ਲਿਆ ਕੱਦੂ ਸ਼ਰੀਫ, ਅੱਜ ਬਣਾਉਣ ਲੱਗਿਆ ਦੀ ਰੈਸਪੀ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਬਣਾਉਣੀ ਚਾਹੀਦੀ ਹੈ। ਬਸ ਸਿਲਾਈ ਕਰਨ ਲੱਗੇ ਪਹਿਲਾਂ ਨੇ ਸਫਾਈ ਤੋਂ ਕਰ ਲੈਣੀ ਹੈ, ਚੰਗੀ ਤਰ੍ਹਾਂ ਛਿੱਲ ਲਾ ਲੈਣੀ ਹੈ, ਬਾਅਦ ਵਿੱਚ ਇਹਨੇ ਗੱਡੀ ਲਾਉਣੀ ਹੈ। ਕੱਦੂ ਸ਼ਰੀਫ ਮਾਸ਼ਾਅੱਲਾ ਅਸੀਂ ਛਿੱਲ ਲਿਆ, ਹੁਣ ਇਹਦੀ ਅਸੀਂ ਕਰਨੀ ਹੈ ਕਟਾਈ ਬਰੀਕ ਬਰੀਕ ਟੁਕੜੇ। ਪਹਿਲਾਂ ਅਸੀਂ ਚੀਰ ਲੈਂਦੇ ਹਾਂ ਇਹਨੂੰ, ਚੀਰ ਕੇ ਅਤੇ ਫਿਰ ਲਾਈ ਦੀ ਇੰਨੀ ਜਲਦੀ ਆ। ਹੁਣ ਚੰਗੀ ਵੀ ਉਤਾਰ ਦਿੱਤੀ ਮਾਸ਼ਾਅੱਲਾ, ਇਹ ਠੀਕ ਰੱਖੀ ਹੈ। ਇੱਕ ਮੱਖੀ ਬਹੁਤ ਤੰਗ ਕਰਦੀ ਹੈ, ਗਰਮੀ ਇੰਨੀ ਹੈ ਫਿਰ ਵੀ ਨਹੀਂ ਮੱਖੀ ਜਾਣ ਛੱਡਦੀ ਸਾਡੀ, ਬਹੁਤ ਗਰਮੀ ਤਾਂ ਵੀ ਮੱਖੀ ਇੰਨੀ ਨਹੀਂ ਜਾ ਸਕਦੀ, ਬਹੁਤ ਤੰਗ ਕਰਦੀ। ਹੁਣ ਬਰੀਕ ਬਰੀਕ ਟੁਕੜੇ ਕਰ ਲੈਂਦੇ ਹਾਂ, ਇਨਸ਼ਾਅੱਲਾ ਆਪਣੀ ਸੋਹਣੀ ਕਟਾਈ ਇੰਨੀ ਹੋ ਸਕਦੀ। ਬਰੀਕ ਬਰੀਕ ਅਸੀਂ ਕਟਾਈ ਕੀਤੀ ਜਾਂਦੇ ਹਾਂ, ਦੂਸਰੀਆਂ ਚੀਜ਼ਾਂ ਵੀ ਕੋਲ ਤੋਂ ਬਣਾਵਾਂਗੇ ਤੁਹਾਨੂੰ ਵਿਖਾਵਾਂਗੇ ਜਿਹੜੀ ਜਿਹੜੀ ਚੀਜ਼ ਅਸੀਂ ਇਸਤੇਮਾਲ ਸਾਲਣ 'ਚ ਕਰਨੀ ਚਾਹੀਦੀ। ਕੱਦੂ ਗਏ ਸਾਡੇ ਕਟੀ, ਹੁਣ ਅਸੀਂ ਹਰੀਆਂ ਮਿਰਚਾਂ ਅਤੇ ਪਿਆਜ਼ ਕੁਛ ਚੀਜ਼ਾਂ ਅੱਗੇ ਕੱਟ ਕੇ ਰੱਖ ਲਈਆਂ, ਬਾਕੀ ਜਿਹਨੇ ਦੀਆਂ ਉਹ ਅਸੀਂ ਹੁਣ ਕੱਟ ਲਈਆਂ ਕੋਲ। ਲਸਣ ਵੀ ਛਿੱਲ ਕੇ ਰੱਖ ਲਿਆ, ਹਰੀਆਂ ਮਿਰਚਾਂ ਕੱਟ ਕੇ ਰੱਖ ਲਈਆਂ, ਟਮਾਟਰ ਵੀ ਕੱਟ ਕੇ ਰੱਖ ਲਿਆ, ਗੰਢਾ ਰਹਿ ਗਿਆ ਇਹ ਵੀ ਨਾਲ ਅਸੀਂ ਕੱਟ ਕੇ ਰੱਖ ਲਈਏ। ਆਹ ਸਾਡਾ ਮੁਕੰਮਲ ਕਸਤੀ ਜੋ ਸਾਰੀਆਂ ਜਿਹੜੀਆਂ ਕੱਟ ਲਈਆਂ ਅਸੀਂ, ਅਤੇ ਹੁਣ ਅਸੀਂ ਚੱਲਦੇ ਹਾਂ ਚੁੱਲ੍ਹੇ ਥੱਲੇ ਅਤੇ ਅੱਗ ਬਾਲਦੇ ਹਾਂ। ਅੱਗ ਬਾਲ ਕੇ ਉੱਤੇ ਰੱਖਦੇ ਹਾਂ ਸਾਲਣ, ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਅੱਜ ਸਾਲਣ ਬਣਾਉਣ ਲੱਗੇ ਹਾਂ। ਉਹ ਠੀਂਦਾ ਹੀ ਨੇ ਸਵਾਹ ਵਿੱਚ, ਸਵੇਰ ਦੁਪਹਿਰ ਨੂੰ ਬਣਾਈ ਸੀ ਰੈਸਪੀ ਚਾਵਲਾਂ ਦੀ, ਅਤੇ ਚੁੱਲ੍ਹੇ ਸਵਾਹ ਬਹੁਤ ਹੋ ਗਈ ਸੀ, ਅਸੀਂ ਕਿਹਾ ਵੀ ਹੁਣ ਪਹਿਲਾਂ ਸਵਾਹ ਨੂੰ ਕੱਢ ਲਈਏ, ਥੱਲੇ ਨੂੰ ਜਾਲੀ ਲੱਗੀ ਹੋਈ ਆ ਉਹਦੇ ਵਿੱਚੋਂ, ਹਵਾ ਚੰਗੀ ਲੱਗਦੀ ਆ, ਅੱਗ ਵੀ ਸਹੀ ਬਲਦੀ। ਫਿਰ ਵੇਖ ਸਕਦੇ ਹੋ ਮਾਸ਼ਾਅੱਲਾ ਕਿੰਨਾ ਪਿਆਰਾ ਚੁੱਲ੍ਹਾ ਅਸੀਂ ਬਣਾਇਆ, ਦੁਪਹਿਰ ਨੂੰ ਅਸੀਂ ਇਸ ਤਰ੍ਹਾਂ ਰੈਸਪੀ ਗਾਨਾ ਹੀ ਬਣਾਈ ਦੀ ਹੈ, ਨਾਲੇ ਛਾਵੇਂ ਹੋ ਜਾਂਦਾ ਵਾ। ਇਹ ਵੇਖ ਚੁੱਲ੍ਹੇ ਮਾਸ਼ਾਅੱਲਾ ਸਵਾਹ ਵੀ ਸੌਖੇ ਦਾ ਨਿਕਲ ਆਉਂਦੀ ਹੈ। ਅਸੀਂ ਬਾਲਣ ਲਾ ਦਿਆ ਹੁਣ ਬਾਲਦੇ ਅੱਗ, ਮਾਸ਼ਾਅੱਲਾ ਅੱਗ ਇਸ ਵਿੱਚ ਬੜੀ ਥੋੜ੍ਹੀ ਬਲਦੀ ਹੈ, ਜਦੋਂ ਪੈਂਦੀ ਨੇ ਹਵਾ ਥੱਲੋਂ ਸੁਰਾਖ ਹੈਗਾ ਰੱਖਿਆ ਉਹਦੇ ਜਾਲੀ ਲਾਈ ਹੋਈ ਆ, ਹੁਣ ਅੱਗ ਬੜੀ ਸੋਹਣੀ ਬਲਦੀ। ਸੁੱਕੇ ਡੰਗਰਾਂ ਦੇ ਮਗਰ ਜਿਹੜੇ ਪਾਥੀਆਂ ਵਾਲੇ ਗਰੇਲ ਆ ਇਹ ਵੀ ਸੁਕਾ ਕੇ ਰੱਖ ਲਈਦੇ ਆ, ਵੀ ਚਲੋ ਕੰਮ ਆ ਜਾਂਦੇ, ਬਾਲਣ ਨਾ ਵੀ ਹੋਵੇ ਇਹ ਵੀ ਬਾਲ ਸਕਦੇ ਹੋ, ਛੋਟੇ ਛੋਟੇ ਕਰਕੇ ਸੁਕਾ ਦੇ ਲੱਗਿਆ। ਉੱਤੇ ਕੜਾਹੀ ਮਾਸ਼ਾਅੱਲਾ ਪਹਿਲਾਂ ਅਸੀਂ ਦੋ ਕੁ ਰੱਖ ਲਈ ਸੀਗੀ, ਕਦੇ ਵਿੱਚ ਪਾਣੀ ਸੀਗਾ ਮੈਂ ਪਹਿਲਾਂ ਕੱਢ ਲਵਾਂ। ਗਰਮ ਹੋ ਗਿਆ ਅਸੀਂ ਪਹਿਲਾਂ ਪਾ ਲਿਆ ਸੀਗਾ, ਹੁਣ ਪਾਉਣ ਲੱਗਿਆ ਪਿਆਜ਼, ਹਲਕੇ ਹਲਕੇ ਲਾਲ ਕਰ ਲੈਂਦੇ ਹਾਂ। ਅਸੀਂ ਪਹਿਲਾਂ ਛਿੱਲ ਕੇ ਰੱਖ ਲਿਆ ਸੀ, ਹੁਣ ਅਸੀਂ ਇਹਨੂੰ ਕੁੱਟਣ ਲੱਗੇ ਹਾਂ ਬਰੀਕ ਕਰਕੇ, ਨਾ ਇਹਦਾ ਜ਼ਾਇਕਾ ਫਿਰ ਠੀਕ ਹੁੰਦਾ, ਕੱਟ ਕੇ ਪਾਈਏ ਨਾ ਜ਼ਾਇਕਾ ਨਹੀਂ ਠੀਕ ਹੁੰਦਾ।
ਲਸਣ ਮੈਂ ਕੁੱਟ ਕੇ ਪਹਿਲਾਂ ਰੱਖ ਲਿਆ ਅਤੇ ਉਹਨਾਂ ਦਾ ਜ਼ਾਇਕਾ ਮਾਸ਼ਾਅੱਲਾ ਬੜਾ ਪਿਆਰਾ ਟੇਸਟ ਬਣਦਾ। ਹੁਣ ਹਰੀਆਂ ਮਿਰਚਾਂ ਅਤੇ ਟਮਾਟਰ ਕੱਟ ਕੇ ਰੱਖੇ ਸੀ, ਇਹ ਅਸੀਂ ਦੋਨੇ ਚੀਜ਼ਾਂ ਇਕੱਠੀਆਂ ਵਿੱਚ ਪਾ ਲਈਆਂ। ਲਾਲ ਮਿਰਚ, ਸੁੱਕਾ ਧਨੀਆ, ਸਬੂਤਾ, ਨਮਕ, ਮਸਾਲਾ ਪੀਸਿਆ ਹੋਇਆ, ਹਲਦੀ, ਇਹ ਚੀਜ਼ਾਂ ਅਸੀਂ ਸਾਰੀਆਂ ਇਸਤੇਮਾਲ ਜਿਹੜੀਆਂ ਕਰਨੀਆਂ ਸੀ ਸਾਰੀਆਂ ਇਕੱਠੀਆਂ ਪਾ ਦਿੱਤੀਆਂ। ਜਿੱਥੇ ਅਸੀਂ ਕੁੱਟ ਕੇ ਰੱਖਿਆ ਅਸੀਂ ਹੁਣ ਅਸੀਂ ਵਿੱਚ ਪਾਉਣ ਲੱਗੇ ਹਾਂ ਵੀ ਜ਼ਾਇਕਾ ਮਾਸ਼ਾਅੱਲਾ ਪੂਰੀ ਤਿਆਰ ਹੋਈ। ਬੁਨਾਈ ਮਾਸ਼ਾਅੱਲਾ ਬਹੁਤ ਤਿਆਰੀ ਹੋ ਗਈ। ਹੁਣ ਅਸੀਂ ਪਾਉਂਦੇ ਹਾਂ ਸਬਜ਼ੀ ਕੱਦੂ ਦੀ, ਤੁਹਾਨੂੰ ਦਿਖਾਉਂਦੇ ਹਾਂ ਮਾਸ਼ਾਅੱਲਾ ਕਿੰਨਾ ਪਿਆਰਾ ਟੇਸਟ ਬਣਿਆ। ਹੁਣ ਅਸੀਂ ਦੇਣ ਲੱਗਿਆਂ ਦੇ ਤਾਂ ਟੱਕਰਾਂ। ਅੱਜ ਦੀ ਸਾਡੀ ਵੀਡੀਓ ਅੱਛੀ ਲੱਗੇ ਤੈਨੂੰ ਲਾਇਕ ਹੀ ਕਰਿਆ ਜੇ ਅਤੇ ਸ਼ੇਅਰ ਵੀ ਦੋਸਤਾਂ ਤੱਕ ਜ਼ਰੂਰ ਕਰਿਆ ਜੇ। ਬੜੀ ਮਿਹਰਬਾਨੀ ਹੋਊਗੀ ਸਾਡੀ ਵੀਡੀਓ ਐਂਡ ਤੱਕ ਜ਼ਰੂਰ ਦੇਖੀ ਕਰੋ।